50000 ਚ ਆਨਲਾਈਨ ਖਰੀਦ ਲਿਆ ਨਵਾਂ ਦੇਸ਼ ਇਕੱਲੇ ਰਹਿੰਦਾ ਹੈ ਇੱਥੇ ਮਾਲਿਕ ਬਿਨਾ ਪਾਸਪੋਰਟ ਨਹੀਂ ਐ ਐਂਟਰੀ ਪੇਸ਼ ਹੈ ਹਰਸੁਖ ਟੀਵੀ ਦੀ ਇੱਕ ਖਾਸ ਰਿਪੋਰਟ ਨਿਊਯਾਰਕ ਦੇ ਰਹਿਣ ਵਾਲੇ ਇੱਕ ਜੈਕ ਲੈਂਡਸਬਰਗ ਨੇ 2005 ਵਿੱਚ ਅਮਰੀਕਾ ਦੇ ਰੇਗਿਸਤਾਨ ਇਲਾਕੇ ਵਿੱਚ 2 ਏਕੜ ਜ਼ਮੀਨ ਖਰੀਦੀ ਉਹਨੇ ਜ਼ਮੀਨ ਇੱਕ ਆਨਲਾਈਨ ਵੈੱਬਸਾਈਟ ਤੋਂ 610 ਡਾਲਰ ਯਾਨੀ 50000 ਰੁਪਏ ਵਿੱਚ ਖਰੀਦ ਲਈ ਜਦੋਂ ਪਹਿਲੀ ਵਾਰ ਉਹ ਜ਼ਮੀਨ ਨੂੰ ਦੇਖਣ ਗਿਆ ਤਾਂ ਉਹਨੇ ਪਹਿਚਾਨ ਲਈ ਉਸ ਜ਼ਮੀਨ ਤੇ ਪੀਲਾ ਤੇ ਲਾਲ ਰੰਗ ਦਾ ਇੱਕ ਫਲੈਗ ਲਗਾ ਦਿੱਤਾ ਫਿਰ ਉਸ ਨੂੰ ਖਿਆਲ ਆਇਆ ਕਿ ਇਸ ਨੂੰ ਉਹ ਖੁਦ ਦਾ ਆਪਣਾ ਦੇਸ਼ ਬਣਾਏਗਾ ਉਸਨੇ ਆਪਣੇ ਨਾਮ ਨੂੰ ਜੋੜ ਕੇ ਇਸ ਥਾਂ ਦਾ ਨਾਮ ਜੈਕਿਸਤਾਨ ਰੱਖ ਦਿੱਤਾ ਜੈਕ ਨੇ ਰਿਕਨ ਟਾਪ ਨਾਮ ਦੀ ਵੈੱਬਸਾਈਟ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਉਸਨੇ ਜਦੋਂ ਜ਼ਮੀਨ ਖਰੀਦੀ ਸੀ ਉਸ ਸਮੇਂ ਆਪਣੇ ਦੇਸ਼ ਦੇ ਹਾਲਾਤ ਬੜੇ ਬੁਰੇ ਚੱਲ ਰਹੇ ਸਨ ਉਹਨੇ ਦੇਖਿਆ ਕਿ ਮੈਂ ਹੋਰਾਂ ਜਿੰਨੇ ਵੀ ਲੀਡਰਸ ਨੇ ਉਹਨਾਂ ਦੇ ਨਾਲ ਉਹ ਆਪਣੇ ਦੇਸ਼ ਨੂੰ ਚੰਗਾ ਚਲਾ ਸਕਦਾ ਉਹਨੇ ਉਸ ਦੇਗੀ ਥਾਂ ਦੇ ਵਿੱਚ ਕੁਝ ਨਾ ਕੁਝ ਕਰਨਾ ਸ਼ੁਰੂ ਕਰ ਦਿੱਤਾ ਰੀਪੋਰਟ ਦੇ ਅਨੁਸਾਰ ਜੈਕ ਨੇ ਕੁਝ ਸਾਲ ਪਹਿਲਾਂ ਉੱਥੇ ਜਾਕਿਸਤਾਨ ਚ ਜਾ ਕੇ ਆਰਟ ਐਂਡ ਕ્રાਫਟ ਨਾਲ ਜੁੜੇ ਮਜ਼ੇਦਾਰ ਚੀਜ਼ਾਂ ਬਣਾਉਣੀਆਂ ਆ ਰੰਭ ਕਰ ਦਿੱਤੀਆਂ। ਉਹਨੇ ਪਹਿਲੇ ਜ਼ਮੀਨ ਤੇ ਪੈਟਰੋਲ ਗੇਟ ਬਣਾ ਲਿਆ। ਫਿਰ ਰੋਬੋਟ ਵੀ ਬਣਾਉਣਾ ਆਰੰਭ ਕੀਤਾ। ਉਸਨੇ ਆਪਣੀ ਵੈਬਸਾਈਟ ਤੇ 40 ਡਾਲਰ ਅਸਲ ਪਾਸਪੋਰਟ ਵੇਚਣਾ ਸ਼ੁਰੂ ਕਰ ਦਿੱਤਾ। ਜੈਕ ਨੇ ਕਿਹਾ ਕਿ ਉਹ ਇੱਥੇ ਕੋਈ ਮਕਾਨ ਨਹੀਂ ਬਣਾਉਣਾ ਚਾਹੁੰਦੇ ਕਿਉਂਕਿ ਇੱਥੇ ਕੋਈ ਪਾਣੀ ਦਾ ਸੋਰਸ ਨਹੀਂ ਹੈਗਾ। ਇਥੋਂ ਸ਼ਹਿਰ ਵੀ ਲਗਭਗ 100 ਕਿਲੋਮੀਟਰ ਦੂਰ ਹੈ। ਉਸਨੇ ਦੱਸਿਆ ਕਿ ਉਸਨੇ ਆਪਣੇ ਕੁਝ ਦੋਸਤਾਂ ਨੂੰ ਇੱਥੋਂ ਦਾ ਪਾਸਪੋਰਟ ਬਨਾਇਆ ਦਿੱਤਾ ਹੈ। ਅਤੇ ਉਹ ਇਥੇ ਆ ਕੇ ਨਿਵਾਸ ਕਰ ਸਕਤੇ ਨੇ ਉਸ ਨੇ ਲਗਭਗ 8 ਲੱਖ ਤੋਂ ਵੱਧ ਰੁਪਏ ਇਥੇ ਖਰਚ ਵੀ ਕੀਤੇ ਨੇ ਕਿਉਂਕਿ ਇਸ ਥਾਂ ਦੇ ਉੱਤੇ ਉਹਨੇ ਕਈ ਸਹੂਲਤਾਂ ਵੀ ਬਣਾਈਆਂ ਨੇ ਪਰ ਇਥੇ ਮੌਸਮ ਬਹੁਤ ਖਰਾਬ ਰਹਿੰਦਾ ਦਿਨ ਚ ਜਿਆਦਾ ਗਰਮੀ ਤੇ ਰਾਤ ਨੂੰ ਕੜਾਕੇ ਦੀ ਠੰਡ ਠੰਡ ਹੋ ਜਾਂਦੀ ਹੈ ਉਹ ਹਰ ਸਾਲ ਟੈਕਸ ਵੀ ਦਿੰਦੇ ਨੇ ਇਹ ਅਮਰੀਕਾ ਦਾ ਇੱਕ ਮਾਈਕਰੋ ਨੇਸ਼ਨ ਹੈ ਇਥੇ ਰੇਗਿਸਤਾਨ ਹੈ ਜਿੱਥੇ ਇੱਕ ਜ਼ਮੀਨ ਦਾ ਇੱਕ ਛੋਟਾ ਜਿਹਾ ਟੁਕੜਾ ਹੈ